ਜਨਾਨੀ ਭੌਂਕਣ ਲੈਟੇ ਉੱਤੇ ਕਰਾਂਗੇ ਵੈਸੇ ਸਾਡਾ ਇੱਕ ਇੱਕ ਮਿੰਟ ਲੱਖ ਦਾ ਉਹ ਬੌਸ ਨਹੀਂ ਹੁੰਦੇ ਮਿੱਤਰਾਂ ਦੇ ਚੈੱਕ ਨੇ ਮੰਡੀ ਇੱਕ ਜੀਪ ਕਾਲੀ ਹੋਵੇ ਨਹੀਂ ਸਪੀਡ 40 ਬੀਟ ਇੰਟੈਂਸ ਵਾਲੀ ਫੇਰ ਗਮ ਸੈਟ ਆ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਜਿਹੜਾ ਗਾਣਾ ਆਇਆ ਵੀ ਇੱਕ ਸ਼ੁਭ ਦਾ ਪਹਿਲੀ ਗੱਲ ਤਾਂ ਕਿ ਬਿਨਾਂ ਹੁਣੇ ਕੋਈ ਅਨਾਊਂਸਮੈਂਟ ਦਿੱਤੇ ਗਾਣਾ ਜਿਹੜਾ ਪੂਰੀ ਈ ਪੀ ਲੀਓ ਨਾਮ 'ਤੇ ਜਿਹੜੀ ਛੱਡਤੀ ਹੈ ਅਤੇ ਕਿੱਥੇ ਸਿੰਗਰ ਇੰਨੀ ਇੰਨੀ ਪ੍ਰਮੋਸ਼ਨ ਕਰਦੇ ਆ ਅਤੇ ਉਹਨੇ ਬਿਨਾਂ ਕਿਸੇ ਅਨਾਊਂਸਮੈਂਟ ਤੋਂ ਜਿਹੜੀ ਆਪਦੀ ਈ ਪੀ ਛੱਡਤੀ ਚਾਰ ਗਾਣੇ ਵਿੱਚ ਜਿਹਦੇ 'ਚੋਂ ਕਿੰਗ ਛੱਡ ਗਾਣਾ ਉਹ ਅੱਜ ਆਪਾਂ ਦੇਖਣਾ ਤੁਹਾਡੇ ਨਾਲ ਅੱਛਾ ਇਹ ਗਾਣਾ ਆਪਾਂ ਆਪਣੇ ਚੈਨਲ 'ਤੇ ਕਿਉਂ ਰਿਐਕਸ਼ਨ ਕਰਨ ਲੱਗੇ ਆ ਵਾਲੇ 'ਤੇ ਕਿਉਂਕਿ ਇੱਧਰ ਉੱਧਰਲੀ ਜਿਹੜੀ ਆਡੀਅੰਸ ਆ ਪਾਕਿਸਤਾਨ ਵਾਲੀ ਉਹ ਵੀ ਤੁਸੀਂ ਪੰਜਾਬੀ ਗਾਣੇ ਬਹੁਤ ਸੁਣਦੇ ਆ ਅਤੇ ਮੈਂ ਚਾਹੁੰਦਾ ਕਿ ਤੁਸੀਂ ਪੰਜਾਬੀ ਗਾਣਿਆਂ ਨੂੰ ਉਹਨਾਂ ਦੇ ਰਿਐਕਸ਼ਨਸ ਨੂੰ ਵੀ ਉਨਾ ਪਿਆਰ ਦਿਆ ਕਰੋ ਜਿੱਦਾਂ ਤੁਸੀਂ ਮੇਰੀਆਂ ਬਾਕੀ ਵੀਡੀਓਜ਼ ਨੂੰ ਦਿੰਦੇ ਆ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਕਿਉਂਕਿ ਇਹਦੇ ਵਿੱਚ ਖਾਸ ਗੱਲ ਕੀ ਹੈ ਸ਼ੁਭ ਦਾ ਪਿੱਛੇ ਜੇ ਤੁਹਾਨੂੰ ਪਤਾ ਉਹਨੂੰ ਖਾਲਿਸਤਾਨੀ ਕਹਿ ਕੇ ਉਹਦੇ ਸ਼ੋਅ ਕੈਂਸਲ ਕਰਾਏ ਸੀ ਅਤੇ ਚੈੱਕ ਬਾਊਂਸ ਇੱਦਾਂ ਕਰਕੇ ਬੜਾ ਉਹਨੂੰ ਟੀਜ਼ ਕੀਤਾ ਗਿਆ ਸੀਗਾ ਅਤੇ ਉਹਨੇ ਉਹਦਾ ਰਿਪਲਾਈ ਕੀਤਾ ਇੱਕ ਤਾਂ ਪਹਿਲੇ ਅੰਦਰੇ 'ਚ ਸ਼ਾਇਦ ਅਤੇ ਦੂਜੇ 'ਚ ਉਹਨੇ ਰੇਲ ਬਣਾਈ ਹੈ ਕੰਗਣਾ ਦੀ ਯਾਦ ਆਇਆ ਕੌਣ ਓਹੋ ਫਾਰਮਰਸ ਬੋਰਡ ਯਾਦ ਹੈ ਦਿੱਲੀ ਵਾਲੇ ਧਰਨੇ ਪੀਜ਼ਾ ਬਰਗਰ ਕਿਸਾਨ ਅੱਤਵਾਦੀ ਟੈਰਰਿਸਟ ਹੈ ਨਾ ਬਸ ਉਹੀ ਜਿਹਦੀ ਦਿਲਜੀਤ ਦੋਸਾਂਝ ਨੇ ਰੇਲ ਬਣਾਈ ਸੀ ਉਦੋਂ ਸੋ ਦੇਖਦੇ ਹਾਂ ਕਿ ਸਾਰਾ ਕੀ ਗਾਣਾ ਕਿਹੋ ਜਿਹਾ ਗਾਣਾ ਬਿਨਾਂ ਕਿਸੇ ਦੇਰੀ ਦੀ ਵੀਡੀਓ ਕਰਦੇ ਸ਼ੁਰੂ ਚੈਨਲ ਸਬਸਕ੍ਰਾਈਬ ਪੱਕਾ ਕਰ ਲਿਓ ਠੰਡ ਬਹੁਤ ਹੈ ਅਤੇ ਹੋਰ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਬਸ ਚੁੱਪ ਚਾਪ ਚੈਨਲ ਸਬਸਕ੍ਰਾਈਬ ਕਰ ਲਓ ਯਾਰ ਆਓ ਦੇਖੋ ਓਕੇ ਓਕੇ ਸ਼ੇਰ ਦੇ ਨਾਲ ਥੱਲੇ ਕੁੱਤੀ ਹੈ ਕੋਈ ਲੱਗਦਾ ਛੋਟੀ ਜੀ ਉਹਦੇ ਗਲੇ 'ਚ ਪਾਇਆ ਕੀ ਲਿਖਿਆ ਬੜੇ ਬੋਲ ਦੇ ਮਿੱਤਰਾਂ ਦੇ ਕੇਸ ਮਾਮੇ ਟੋਲ ਦੇ ਕਰਦੇ ਆ ਜੇ ਸਾਰੇ ਰੋਲ ਦੇ ਰਲਦੇ ਨਾ ਬੇਸ ਸਾਡੇ ਆਉਣ ਦੇ ਕਰਦੇ ਨਾ ਬੇਸ ਨਹੀਂ ਮੈਂ ਭਰ ਕੇ ਕਲਿੱਪ ਡਿੱਕੀ ਰੱਖਿਆ ਟੂਲੀਆਂ ਤੋਂ ਦਹੀਂ ਕਿੱਚ ਕੀ ਤੂੰ ਸਾਡੇ ਅੱਥਰੇ ਅਸੂਲ ਅਸੀਂ ਬੜੇ ਆ ਪੜ੍ਹਾਈ ਜਿਹੜੇ ਪੜ੍ਹਦੇ ਸਕੂਲ ਤੁਸੀਂ ਚੱਲਦੇ ਨੇ ਤੇ ਸਾਡੇ ਰੋਲ ਨੀ ਮੈਂ ਹੱਥ ਫੇਰ ਸਿਰ ਤੇ ਬਿਠਾਏ ਵਹਿਲੀ ਨੇ ਰੱਖੀ ਮੱਕ ਸਿੱਕਿਆਂ ਦੀ ਗੈਂਗ ਕਹਿ ਲੀ ਨੀ ਤੇ ਬੂਥਾ ਥਾਣੀ ਕਰਦੇ ਆ ਨਾਮ ਟੈਲੀ ਨੀ ਉਹ ਦੇਖ ਟੈਲੀਵਿਜ਼ਨ ਇੰਨੀ ਉਸ ਫੈਲੀ ਨੀ ਉਹ ਚੰਗੀ ਤਰ੍ਹਾਂ ਆਪਣੇ ਨੀ ਪੈ ਗਿਆ ਏ ਸ਼ੋਰ ਐਵੇਂ ਕਾਕਾ ਪਰਖੀ ਨਾ ਮਿੱਤਰਾਂ ਦਾ ਜ਼ੋਰ ਨੀ ਗੱਭਰੂ ਦੀ ਬੜਕ ਤੇ ਕੰਬ ਦਾ ਫਲੋਰ ਪਹਿਲੋਂ ਵੀ ਸੀ ਦੱਸਿਆ ਕਿ ਸਾਡੀ ਗੱਲ ਹੋਰ ਹੈ ਹੁਣ ਭਾਲਦੀ ਆ ਫੇਮ ਤੇਰੀ ਮੂਵੀ ਵੀ ਨੀ ਚੱਲਦੀ ਚਵਲ ਜਨਾਨੀ ਕੀ ਫੇਮ ਪਤਾ ਨੀ ਕੀ ਸੀਗਾ ਚਲੋ ਸੁਣਦੇ ਆ ਅੱਗੇ ਗੱਲ ਬਿਲਕੁਲ ਸਹੀ ਹੈ ਇਹ ਤਾਂ ਚਵਲ ਜਨਾਨੀ ਹੋਈ ਉਹਨੇ ਕਿਹੜਾ ਗੰਦ ਪਾਇਆ ਸੀ ਅਤੇ ਕੀ ਬਕਵਾਸ ਉਹ ਕਰਦੀ ਰਹਿੰਦੀ ਆ ਆਪਾਂ ਸਾਰਿਆਂ ਨੂੰ ਪਤਾ ਆ ਹੁਣ ਕਹਿੰਦੇ ਵੀ ਉਹਨੇ ਜੀ ਇਲੈਕਸ਼ਨ 'ਚ ਆ ਜਾਣਾ ਕਹਿੰਦੇ ਖੜੇ ਹੋਣਾ ਚੰਡੀਗੜ੍ਹ ਤੋਂ ਸਾਡੇ ਇੱਧਰਲੇ ਤੋਂ ਅਤੇ ਤੁਹਾਨੂੰ ਲੱਗਦਾ ਕਿ ਉਹਨੂੰ ਕੋਈ ਵੋਟ ਪਾ ਕੇ ਜਿਤਾਊਗਾ ਦੇਖੋ ਇਹ ਇੱਥੇ ਸਾਡੀ ਸਾਰੇ ਪੰਜਾਬੀਆਂ ਦੀ ਇਹਦੇ ਨਾਲ ਖਾਰ ਆ ਆਪਾਂ ਉਹਦੀ ਗੱਲ ਨਹੀਂ ਮੈਂ ਕਰਨ ਲੱਗਾ ਮੈਂ ਗੱਲ ਕਰਨ ਲੱਗਾ ਕਿ ਜਿੰਨੇ ਵੀ ਇਹ ਬਾਲੀਵੁੱਡ ਦੇ ਆਰਟਿਸਟ ਆ ਚਾਹੇ ਜਿਹੜਾ ਮਰਜ਼ੀ ਹੈ ਯਾਰ ਟਿਕਟਾਂ ਤਾਂ ਲੈ ਲੈਂਦੇ ਆ ਇਹ ਖੜੇ ਵੀ ਹੋ ਜਾਂਦੇ ਆ ਜਿੱਤ ਵੀ ਜਾਂਦੇ ਆ ਉਸ ਤੋਂ ਬਾਅਦ ਇਹ ਪੁੱਛਦੇ ਤੱਕ ਨਹੀਂ ਉਹ ਸ਼ਹਿਰ ਨੂੰ ਠੀਕ ਹੈ ਹੁਣ ਸੰਨੀ ਦਿਓਲ ਹੈ ਟਿਕਟ ਲੈ ਲਈ ਖੜਿਆ ਹੋਇਆ ਪੁੱਛਿਆ ਉਹਨੇ ਵੀ ਹਾਲ ਕੀ ਆ ਉੱਥੋਂ ਤੇ ਸ਼ਹਿਰ ਦੇ ਲੋਕ ਗਾਲਾਂ ਕੱਢਦੇ ਆ ਠੀਕ ਹੈ ਵੀ ਇਹ ਟਿਕਟਾਂ ਤਾਂ ਲੈ ਲੈਂਦੇ ਆ ਅਤੇ ਇਹਨਾਂ ਨੂੰ ਕੰਮ ਘੁੰਮੇ ਸਾਡੇ ਕੋਈ ਕਰਦੇ ਨਹੀਂ ਉਹੀ ਹਾਲ ਹੋਣਾ ਇਹਦਾ ਕੰਗਣਾ ਰਣੌਤ ਜੇ ਚੰਡੀਗੜ੍ਹ 'ਚ ਖੜੀ ਹੁੰਦੀ ਹੈ ਇਲੈਕਸ਼ਨ 'ਚ ਤਾਂ ਜਿੱਤਦੀ ਨਹੀਂ ਲੋਕਾਂ ਨੇ ਇਹਨੂੰ ਵੋਟਾਂ ਵੋਟਾਂ ਤਾਂ ਪਾਉਣੀਆਂ ਨਹੀਂ ਆ ਠੀਕ ਹੈ ਬਾਕੀ ਦੇਖੋ ਰਾਬੀ ਰਾਕਾ ਭਰਾਵਾ ਦੱਸ ਵੀ ਇਹੋ ਜਿਹੀਆਂ ਇੱਕ ਤਾਂ ਪਤਾ ਨਹੀਂ ਇਹਨੂੰ ਪੈਸੇ ਮਿਲਦੇ ਨਹੀਂ ਬਕਵਾਸ ਕਰਨ ਦੇ ਜਾਂ ਕੀ ਹੁੰਦਾ ਆਈ ਡੋਂਟ ਨੋ ਅਬਾਊਟ ਦੈਟ ਬਟ
ਠੱਲ ਪੈਣੀ ਚਾਹੀਦੀ ਹੈ। ਪਤਾ ਨਹੀਂ ਲੋਕੀ ਕਿਹੜੇ ਸੁਣਦੇ ਆ ਯਾਰ ਇਹਨੂੰ। ਮਿੱਤਰਾਂ ਦੇ ਚੈੱਕ ਨੀ ਉੱਚੀ ਉੱਚੀ ਸੁਣਦੇ ਆ ਲੱਗੇ ਡੈਕ ਨੀ ਸ਼ੋਹਾਂ ਬਾਹਰ ਲੱਗੀ ਲੈਣ ਕਰੀ ਜੈਕ ਨੀ ਜ਼ੋਰ ਲਾ ਲੋ ਝੁਕਦੀ ਕਦੇ ਵੀ ਨੈਕ ਨੀ ਬੜੇ ਬੋਲ ਦੇ ਮਿੱਤਰਾਂ ਦੇ ਕੇਸ ਮਾਮੇ ਢੋਲ ਦੇ ਕਰਦੇ ਅਜੇ ਸਾਰੇ ਰੋਲ ਦੇ ਰਲਦੀ ਨਾ ਬੇਸ ਸਾਡੇ ਆਉਣ ਦੇ ਕਰਦੇ ਨਾ ਰੰਟ ਪੂਰਾ ਦਬਦਬਾ ਤੇਰੇ ਯਾਰ ਦਾ ਰੱਖ ਕੇ ਆ ਮਾਟੀ ਸੀ ਉੱਤੇ ਮਾਰਦਾ ਨੀ ਜਿਗਰੇ ਨਾ ਭਰੇ ਆਇਆ ਕਿੱਥੇ ਹਾਰਦਾ ਬੜੇ ਬੋਲ ਦੇ ਮਿੱਤਰਾਂ ਦੇ ਕੇਸ ਮਾਮੇ ਢੋਲ ਦੇ ਕਰਦੇ ਅਜੇ ਸਾਰੇ ਰੋਲ ਦੇ ਰਲਦੀ ਨਾ ਬੇਸ ਸਾਡੇ ਆਉਣ ਦੇ ਕਰਦੇ ਨਾ ਬੇਸ ਬੀਟ ਸੋਹਣੀ ਆ ਯਾਰ ਚੈੱਕ ਬਾਊਂਸ ਕਰਕੇ ਬੋਲੇ ਸੀ ਕੁਛ ਜਦੋਂ ਇਹਦਾ ਸ਼ੋਅ ਕੈਂਸਲ ਹੋਇਆ ਸੀ। ਸ਼ੋਅ ਕੈਂਸਲ ਹੁੰਦੇ ਰਹਿੰਦੇ, ਕੋਈ ਵੱਡੀ ਗੱਲ ਨਹੀਂ ਆਰਟਿਸਟਾਂ ਦੇ, ਠੀਕ ਹੈ। ਤੇ ਪਰ ਜਿਹੜੇ ਰੀਜ਼ਨ ਕਰਕੇ ਸ਼ੋਅ ਕੈਂਸਲ ਹੋਇਆ ਸੀਗਾ ਉਹਦੇ ਕਰਕੇ ਜਿਹੜਾ ਬਾਈ ਨੂੰ ਟੀਜ਼ ਕੀਤਾ ਗਿਆ ਸੀਗਾ। ਪਰ ਦੇਖੋ ਯਾਰ ਲੰਡੀ ਬੁੱਚੀ ਦੀ ਕੋਈ ਪਰਵਾਹ ਨਹੀਂ ਕਰਦਾ, ਐਡੀ ਕਿਹੜੀ ਗੱਲ ਹੋ ਗਈ ਹੈ। ਉਹਦਾ ਇੱਕ ਸ਼ੋਅ ਕੈਂਸਲ ਹੋਇਆ, ਉਹਨੇ ਪਤਾ ਨਹੀਂ ਕਿੰਨੇ ਕੁ ਉਹੋ ਜਿਹੇ ਲਾ ਦੇਣੇ, ਨਾਲੇ ਉਹ ਉਸ ਤੋਂ ਬਾਅਦ ਉਹ ਸ਼ੋਅ ਕਰ ਵੀ ਚੁੱਕਿਆ ਬਾਹਰ ਅਤੇ ਉਹ ਜਿਹੜਾ ਹਾਊਸਫੁੱਲ ਗਿਆ, ਠੀਕ ਹੈ। ਟਿਕਟਾਂ ਵਿਕੀਆਂ, ਮਤਲਬ ਟਿਕਟਾਂ ਪੂਰੀਆਂ ਵਿਕੀਆਂ ਅਤੇ ਲੋਕਾਂ ਨੂੰ ਜਗ੍ਹਾ ਨਹੀਂ ਮਿਲੀ ਬੈਠਣ ਨੂੰ, ਠੀਕ ਹੈ। ਐਡਾ ਹਾਊਸਫੁੱਲ ਸ਼ੋਅ ਰਿਹਾ ਉਹਦਾ। ਅਤੇ ਦੂਜੀ ਗੱਲ ਜਿਹੜੀ ਕੰਗਣਾ ਵਾਲੀ ਹੈ ਤਾਂ ਉਹ ਚਵਲ ਜਨਾਨੀ, ਬਾਕੀ ਸਹੀ ਗੱਲ ਕਹੀ ਹੈ। ਕਿਉਂਕਿ ਜਿਹੜੀ ਉਹਨੇ ਬਕਵਾਸ ਕੀਤੀ ਨਾ ਪੰਜਾਬੀਆਂ ਦੇ ਖਿਲਾਫ ਜਦੋਂ ਫਾਰਮਰ ਸਪੋਰਟ ਸੀ, ਉਦੋਂ ਤੋਂ ਸਾਰੇ ਪੰਜਾਬੀ ਉਹਦੇ ਖਿਲਾਫ ਤੱਤੇ ਹੋਏ ਪਏ ਆ, ਠੀਕ ਹੈ। ਅਤੇ ਹੁਣ ਕਹਿੰਦੇ ਜੀ ਇਲੈਕਸ਼ਨ 'ਚੋਂ ਆ ਜਾਣਾ ਉਹਨੇ, ਤਾਂ ਦੇਖੋ ਅੱਗੇ ਕੀ ਹੁੰਦਾ। ਪਰ ਹਾਂ ਕਰ ਵਾਹਵਾ ਗਿਆ ਯਾਰ ਬਾਈ, ਇਹ ਵਾਹਵਾ ਲਾਹਵਾ ਕਰ ਗਿਆ, ਦੋ ਤਿੰਨ ਮਤਲਬ ਦੋ ਤਿੰਨ ਸ਼ਬਦਾਂ ਦੇ ਵਿੱਚ ਹੀ ਕਾਫੀ ਹਨੇਰੀ ਬਣਾ ਗਿਆ। ਅਤੇ ਸਹੀ ਹੈ, ਹੋਣੀ ਚਾਹੀਦੀ ਹੈ ਯਾਰ। ਇਹਨਾਂ ਨੂੰ ਐਂ ਲੱਗਦਾ ਕਿ ਪੰਜਾਬੀ ਕਿਤੇ ਸੁੱਤੇ ਪਏ ਆ, ਦੇਖੋ ਆਪਦੇ ਹੱਕਾਂ ਵਾਸਤੇ ਅਸੀਂ ਗੱਲ ਕਰੀਏ ਅਤੇ ਪਤਾ ਨਹੀਂ ਦੁਨੀਆਂ ਨੂੰ ਚੁੱਭਦੇ ਕਾਹਤੋਂ ਆ। ਇਹ ਹੈ ਕੁਝ ਕੀ ਇਹ ਚੁਣਿੰਦਾ ਜੇ, ਬਾਕੀ ਸਾਰੇ ਨਹੀਂ ਕਰਦੇ। ਕਿ ਜੇਕਰ ਇੱਥੇ ਹਿੰਦੂ ਸਿੱਖ ਦਾ ਵਾਦ ਪੈਦਾ ਕੀਤਾ ਜਾਂਦਾ, ਹਿੰਦੂ ਬਹੁਤ ਚੰਗੇ ਆ ਬਾਈ, ਸਾਰੇ ਬਹੁਤ ਵਧੀਆ। ਇਹ ਕੁਝ ਕੁ ਹੁੰਦੇ ਆ ਜਿਹੜੇ ਵਿੱਚ ਭਗਾਈ ਮਾਰਦੇ ਆ, ਬਸ ਉਹ ਚੀਜ਼ਾਂ, ਅਤੇ ਉਹ ਉਹਦਾ ਇਸ਼ੂ ਬਣਾ ਦਿੰਦੇ ਆ, ਹੈ ਨਾ, ਖਾਲਿਸਤਾਨ ਨੂੰ ਲੈ ਕੇ। ਯਾਰ ਉਹ ਅਲੱਗ ਚੀਜ਼ ਹੈ,
ਫਾਰਮਰਸ ਜਿਹੜੇ ਕਿਸਾਨ ਆ ਉਹ ਪੰਜਾਬ ਦੇ ਕਿਸਾਨ ਆ ਉਹ ਅਲੱਗ ਚੀਜ਼ ਹੈ। ਠੀਕ ਹੈ, ਤੁਸੀਂ ਮੁੱਦਿਆਂ ਨੂੰ ਦੋਵਾਂ ਨੂੰ ਰਲਾਉਂਦੇ ਕਾਹਤੋਂ ਹੈ। ਇਹਨੇ ਉਹ ਚੀਜ਼ ਗਲਤੀ ਕੀਤੀ, ਰਲਾ ਕੇ ਸਾਰੇ ਪੰਜਾਬੀਆਂ ਤੋਂ ਇਹਨੇ ਛਿੱਤਰ ਖਾਧੇ। ਮਤਲਬ ਇਨ ਦਾ ਸੈਂਸ ਹੈ ਕਿ ਗੱਲਾਂ ਨਾਲ ਆਪਦੀ ਬੇਇੱਜ਼ਤੀ ਕਰਾਈ, ਰੋਸਟ ਕਰਾਇਆ ਇਹਨੇ ਆਪਦਾ, ਆਪਦਾ ਮਜ਼ਾਕ ਉਡਵਾਇਆ। ਅਤੇ ਹੁਣ ਜੇਕਰ ਇਹ ਚੰਡੀਗੜ੍ਹ 'ਚੋਂ ਖੜ੍ਹਦੀ ਵੀ ਹੈ ਤਾਂ ਹੁਣ ਵੀ ਤਾਂ ਉਹੀ ਕੁਛ ਹੋਣਾ, ਹੋਰ ਤਾਂ ਕੁਛ ਨਹੀਂ ਹੋਣ ਲੱਗਾ। ਠੀਕ ਹੈ, ਅਤੇ ਬਾਕੀ ਇਹ ਨਹੀਂ ਹੁੰਦਾ ਕਿ ਯਾਰ ਉਹ ਕੋਈ ਕੋਈ ਮਹਾਰਾਜਾ ਨਹੀਂ ਹੈ। ਠੀਕ ਹੈ, ਉਹ ਕੌਣ ਹੈ ਯਾਰ, ਉਹਦਾ ਯੋਗਦਾਨ ਕੀ ਹੈ। ਠੀਕ ਹੈ, ਬਾਲੀਵੁੱਡ ਦੀ ਗੱਲ ਕਰੋ, ਕਿਹੜੀ ਫਿਲਮ ਉਹਦੀ ਚੱਲੀ ਹੈ? ਹਮੇਸ਼ਾ ਖਬਰ ਆਉਂਦੀ ਹੈ ਕਿ ਉਹਦੀਆਂ ਕੋਈ ਕਿਸੇ ਦੀਆਂ 10 ਟਿਕਟਾਂ ਵਿਕੀਆਂ ਅਤੇ ਕਿਸੇ ਦੀਆਂ 5 ਟਿਕਟਾਂ ਵਿਕੀਆਂ, ਫਲੋਪ ਫਿਲਮ ਹੈ। ਓ ਟੀ ਟੀ 'ਤੇ ਫਿਲਮਾਂ ਆਉਂਦੀਆਂ ਉਹ ਵੀ ਕੌਣ ਦੇਖਦਾ? ਬਾਲੀਵੁੱਡ ਤਾਂ ਵੈਸੇ ਹੀ ਬਹੁਤ ਘੱਟ ਦੇਖਦੇ ਆ, ਅਤੇ ਪੰਜਾਬ 'ਚ ਤਾਂ ਘੱਟ ਹੀ ਦੇਖਦੇ ਆ, ਬਾਕੀ ਮੈਨੂੰ ਪਤਾ ਨਹੀਂ। ਅਤੇ ਉਹ ਗੱਲਾਂ ਵੱਖਰੀਆਂ ਯਾਰ, ਚਲੋ ਬੰਦੇ ਦਾ ਆਪਣਾ ਕਰੀਅਰ ਹੈ। ਠੀਕ ਹੈ, ਤੂੰ ਆਪਣੇ ਕਰੀਅਰ 'ਚ ਧਿਆਨ ਦੇ ਯਾਰ, ਫੋਕਸ ਕਰ। ਮਤਲਬ ਇੱਧਰ ਹਮੇਸ਼ਾ ਕਿਉਂ ਪੰਗੇ ਲੈਂਦੇ ਆ? ਅਤੇ ਜੇ ਪੰਗੇ ਲੈਂਦੇ ਆ ਲੋਕ, ਤਾਂ ਫਿਰ ਬਈ ਉਹਨਾਂ ਨੂੰ ਜਵਾਬ ਦੇਣਾ ਤਾਂ ਬਣਦਾ ਹੀ ਹੈ। ਅਤੇ ਹੁਣ ਇਹਦੇ 'ਚ ਕਈ ਲੋਕ ਸੋ ਕਾਲ ਜਿਹੜੇ ਹੁੰਦੇ ਆ ਕਮੈਂਟ ਕਰਨ ਨੂੰ ਸੋਚਦੇ ਨਹੀਂਗੇ ਕਿ ਦੇਸ਼ ਧਰੋਹੀ, ਇਹ ਵੋ ਫਲਾਨਾ ਢਿਉਂਕਾ। ਉਹ ਪਹਿਲਾਂ ਸੋਚਿਆ ਕਰੋ ਕਿ ਚੱਕਰ ਕੀ ਹੈ ਸਾਰਾ, ਫਿਰ ਗੱਲਬਾਤ ਜਿਹੜੀ ਕਰਿਆ ਕਰੋ ਕੋਈ। ਠੀਕ ਹੈ, ਅਤੇ ਐਵੇਂ ਨਿੱਕੀ ਮੋਟੀ ਗੱਲ 'ਤੇ ਇਸ਼ੂ ਨਾ ਬਣਾਇਆ ਕਰੋ। ਬਾਕੀ ਇਹ ਜ਼ਰੂਰੀ ਸੀ ਅਤੇ ਬਾਈ ਨੇ ਵਧੀਆ ਸਿਰਾ ਲਾਇਆ, ਮੈਨੂੰ ਤਾਂ ਵਧੀਆ ਲੱਗਾ। ਤੁਹਾਨੂੰ ਕਿੱਦਾਂ ਲੱਗਾ ਥੱਲੇ ਕਮੈਂਟ ਕਰਕੇ ਦੱਸ ਦਿਓ। ਅਤੇ ਜਿਹੜੇ ਪਾਕਿਸਤਾਨ ਤੋਂ ਦੇਖ ਰਹੇ ਹੋ, ਸ਼ਾਇਦ ਤੁਹਾਨੂੰ ਪੂਰੀਆਂ ਗੱਲਾਂ ਨਹੀਂ ਪਤਾ ਹੋਣੀਆਂ, ਮਾੜਾ ਜਿਹਾ ਗੂਗਲ ਕਰ ਲਓ, ਤੁਹਾਨੂੰ ਪਤਾ ਲੱਗ ਜੂਗਾ। ਮਿਲਦੇ ਤੁਹਾਨੂੰ ਅਗਲੀ ਵੀਡੀਓ ਮਿਲਦੇ ਹੋ, ਇਜਾਜ਼ਤ, ਸਤਿ ਸ਼੍ਰੀ ਅਕਾਲ।